ਵੰਦਨ ਮੋ ਪਦ ਪੰਕਜ ਤੇ ਜਨ ਪੰਕਜ ਸੇ ਕੱਡ ਅੰਕ ਲਗਾਏ ਡੂਬਤ ਥੇ ਭਵ ਸਾਗਰ ਮੋਹ ਨਿਜ ਪੰਥ ਸੰਭਾਲ ਜਹਾਜ਼ ਚੜ੍ਹਾਏ ਮੋਹ ਮਸਕੀਨ ਅਧੀਨ ਕਮੀਨ ਵਦੀਨ ਸੁਪਾਲਤ ਰਹਿਨ ਸਵਾਏ ਐਸ ਪ੍ਰਭੂ ਗੁਰੂ ਬਾਲਕ ਸਿੰਘ ਧਿਆਨ ਮਰਗਿੰਦ ਨਮੋਨਿਤ ਗਾਏ ਸਭ ਮਾਈ ਭਾਈ ਇੱਕ ਵਾਰੀ ਗੱਜ ਕੇ ਆਖੋ ਤਨਸਰੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਹਜ਼ਰੋ ਨਿਵਾਸੀ ਸੁਖ ਰਾਸੀ ਅਬినాਸੀ 나ਥ 카ਟੋ ਜਮ ਫਾਸੀ ਦਾਸ ਦਾਸਨ ਲਖਾਏ ਕੇ ਅਜਰ ਜਰਈਆ ਗੁਰ ਗੁਪਤ ਰਹਸੀ ਬਪ ਕਰੋ ਪਾਰ ਸਈਆ ਮਿਹਰ ਨਈਆ ਪੇ ਚਰਾਏ ਕੇ ਬਾਲਕ ਸਮਾਨ ਖਾਨ ਹੀਰਨ ਕੇ ਮਾਲਕ ਹੋ ਰਹੇ ਧਿਆਨ ਖਾਲਕ ਮੋਂ ਆਲਕ ਮਿਟਾਏ ਕੇ ਦਸ਼ਮ ਕੀ ਗੁਰਤਾ ਅਮਾਨਤ ਸੋ ਠਾਕਰੋਂ ਕੋ ਧਿਆਨਤ ਮੋ ਬਦਈ ਬਿਨ ਖਿਆਨਤ ਬੁਲਾਏ ਕੇ ਸਤਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਫੱਗਣ ਦੀ ਪੂਰਨਮਾਸ਼ੀ 1841 ਬਿਕਰਮੀ ਸਰਵਾਲੇ ਨਗਰ ਵਿਖੇ ਪਿਤਾ ਬਾਬਾ ਦਿਆਲ ਸਿੰਘ ਤੇ ਮਾਤਾ ਭਾਗਪਰੀ ਦੇ ਘਰ ਪ੍ਰਕਾਸ਼ ਹੋਇਆ ਚਕਰਵਰਤੀ ਜੀ ਲਿਖਦੇ ਨੇ ਬਾਬਾ ਦਿਆਲ ਸਿੰਘ ਜੋ ਪਿਤਾ ਸਨ ਲਗਭਗ ਉਹਨਾਂ ਦੀ ਜੋ ਬਿਰਤੀ ਸੀ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਸ ਘਰ ਦੇ ਨਾਲ ਸਿੱਖੀ ਦੇ ਨਾਲ ਜੁੜੀ ਹੋਈ ਸੀ ਸਿੱਖੀ ਨੂੰ ਪਰਨਾਏ ਹੋਏ ਸਨ ਇਸੇ ਕਰਕੇ ਜਦੋਂ ਨਾਮ ਰੱਖਣ ਦੀ ਵਾਰੀ ਆਈ ਤਾਂ ਉਹਨਾਂ ਨੇ ਗੁਰਬਾਣੀ ਦੀ ਇੱਕ ਪੰਕਤੀ ਬਿਸਰ ਗਈ ਸਬਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਇਸ ਪੰਕਤੀ ਨੂੰ ਮੁਖ ਰੱਖਦਿਆਂ ਹੋਇਆਂ ਪਹਿਲਾ ਸ਼ਬਦ ਜੋ ਬਿਸਰ ਹੈ ਬਿਸਰ ਦੇ ਬੱਬੇ ਅੱਖਰ ਤੋਂ ਨਾਮ ਬਾਲਕ ਸਿੰਘ ਰੱਖਿਆ ਇਸ ਭਾਵ ਨੂੰ ਲੈ ਕੇ ਇਹ ਨਾਮ ਪ੍ਰਗਟ ਹੋਇਆ ਸੰਸਾਰ ਦੇ ਉੱਤੇ ਬਚਪਨ ਤੋਂ ਲੈ ਕੇ ਮਾਤਾ ਭਾਗਪਰੀ ਹੋਣਾ ਨੇ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਬਹੁਤ ਸਾਰੀਆਂ ਸਾਖੀਆਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਾਤਾ ਗੁਜਰੀ ਜੀ ਦੀ ਸ਼ਹਾਦਤ ਸਿੱਖਾਂ ਦੀਆਂ ਸ਼ਹਾਦਤਾਂ ਇਸ ਸੰਬੰਧੀ ਬਹੁਤ ਸਾਰੀਆਂ ਜੋ ਸੀਨਾ ਬਸੀਨਾ ਚਲੀਆਂ ਆ ਰਹੀਆਂ ਉਸ ਵਕਤ ਦੀਆਂ ਗਾਥਾਵਾਂ ਸਨ ਉਹਨਾਂ ਨੂੰ ਸੁਣਾਉਣਾ ਸਾਖੀਆਂ ਸੁਣ ਕੇ ਹੀ ਮਨ ਦੇ ਅੰਦਰ ਇਹ ਭਾਵ ਪ੍ਰਗਟ ਹੋਇਆ ਕਿ ਜਿਸ ਸਤਿਗੁਰੂ ਨੇ ਏਡੇ ਵੱਡੇ ਕਾਰਜ ਕੀਤੇ ਨੇ ਉਹ ਸਤਿਗੁਰੂ ਦਾ ਦਰਸ਼ਨ ਚਾਹੀਦਾ ਹੈ ਦਰਸ਼ਨ ਦੀ ਆਸ ਲੈ ਕੇ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਘੰਟਿਆਂ ਬੱਦੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਸਾਖੀਆਂ ਮਾਤਾ ਨੇ ਸੁਣਾਈਆਂ ਸਨ ਉਸ ਨੂੰ ਉਸ ਦੇ ਪ੍ਰਭਾਵ ਨੂੰ ਕਬੂਲਦਿਆਂ ਹੋਇਆਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਸਾਰਾ-ਸਾਰਾ ਦਿਨ ਸਾਰੀ-ਸਾਰੀ ਰਾਤ ਬੈਠੇ ਰਹਿੰਦੇ ਲਗਭਗ ਸਮਾਂ ਆਇਆ 1812 ਈਸਵੀ ਦਾ ਜਦੋਂ ਸੈਭ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪ੍ਰਤੱਖ ਰੂਪ ਵਿੱਚ ਦਰਸ਼ਨ ਦਿੱਤਾ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਔਰ ਦਰਸ਼ਨ ਦੇ ਕੇ ਇਹ ਸ਼ਬਦ ਆਖੇ ਜਿਨ੍ਹਾਂ ਨੂੰ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਬਿਆਨ ਕਰਦੇ ਨੇ ਐਪੈ ਗੁਰਦਸਮ ਦਰਸ ਦੇ ਜੋ ਕਹਿਓ ਤਾਹੇ ਮੇਰੋ ਅਵਤਾਰ ਅੰਸ਼ ਰਾਮ ਸਿੰਘ ਹਵੇ ਭਰੇ ਸਮਾ ਆਵੇਗਾ ਮੈਂ ਦੁਬਾਰਾ ਤੋਂ ਇੱਕ ਨਵੇਂ ਰੂਪ ਵਿੱਚ ਸੰਸਾਰ ਦੇ ਉੱਤੇ ਪ੍ਰਗਟ ਹੋਵਾਂਗਾ ਔਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਘਰ ਦੀ ਜੋ ਇਹ ਆਮਾਨਤ ਗੁਰਿਆਈ ਹੈ ਤੁਹਾਨੂੰ ਸੌਂਪ ਚੱਲੇ ਆ ਇਹ ਤੁਹਾਡੇ ਕੋਲੋਂ ਆਪੇ ਲੈ ਲਵਾਂਗਾ ਜਿਹੜੀਆਂ ਪੇਸ਼ੀਨ ਗੋਈਆਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕੀਤੀਆਂ ਸਨ ਆਪਣੇ ਸਮੇਂ ਅੰਦਰ ਉਹਨਾਂ ਨੂੰ ਸੱਚ ਕੀਤਾ ਜਦੋਂ ਅਸੀਂ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਗੁਰੂ ਪ੍ਰਗਟ ਹੋਣ ਦੀ ਵਾਰਤਾ ਨੂੰ ਵੇਖਦੇ ਆ ਤਾਂ ਸਾਡੇ ਸਾਹਮਣੇ ਜਨਮ ਸਾਖੀ ਭਾਈ ਬਾਲਾ ਜੀ ਦੇ ਉਹ ਸ਼ਬਦ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਅਜੀਤੇ ਰੰਧਾਵੇ ਦੇ ਨਾਲ वार्तालाਪ ਕਰਦਿਆਂ ਹੋਇਆਂ ਗੋਸ਼ਟੀ ਕਰਦਿਆਂ ਹੋਇਆਂ ਆਖੇ ਸਨ ਬੱਚਾ ਜਿੱਤਿਆ ਤੈਂ ਜੋ ਪੁੱਛਿਆ ਹੈ ਵਰਤਾਰਾ ਕਿਉਂ ਕਰ ਵਰਤੇਗਾ ਤਾਂ ਯਾਦ ਰੱਖੀ ਜਿੱਥੇ ਗੁਰੂ ਮਿਹਰਵਾਨ ਹੋਵੇਗਾ ਤਿੱਥੇ ਸ਼ਬਦ ਬਖਸ਼ੇਗਾ ਆਦ ਕਾਲ ਤੋਂ ਲੈ ਕੇ ਗੁਰੂ ਤੇ ਚੇਲੇ ਦੀ ਪਰੰਪਰਾ ਚੱਲਦੀ ਆਈ ਹੈ ਬੱਚਾ ਮੇਰਾ ਦਸਵਾਂ ਜਾਮਾ ਹੋਵੇਗਾ ਔਰ ਉਹ 11ਵਾਂ ਗੁਪਤ ਵਰਤੇਗਾ ਇਹ ਸ਼ਬਦ ਆਖੇ ਸਨ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਲਿਖਦੇ ਨੇ ਭਈ ਸਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ ਮਹਾਰਾਜ ਕੋਈ ਆਉਣ ਵਾਲੇ ਸਮੇਂ ਬਾਬਤ ਆਪ ਦੱਸੋ ਕੋਈ ਭਵਿੱਖ ਦੇ ਬਚਨ ਦੱਸੋ ਤਾਂ ਪਾਤਸ਼ਾਹ ਨੇ ਉਸ ਵਕਤ ਵੀ ਇਹ ਸ਼ਬਦ ਆਖੇ ਸਨ ਬੇਰ 11ਵੀਂ ਹਮਚਲ ਆਵਹਿ ਤਿਸਤੇ ਕੋਇ ਕੋ ਹਮਲਖ ਪਾਵਹਿ ਪੰਥ ਖਾਲਸਾ ਖੇਤੀ ਮੇਰੀ ਕਰੂੰ ਸੰਭਾਲਣ ਮੈਂ ਤਿਸ ਬੇਰੀ ਗੁਰਿੰਦ ਨਾਮੇ ਵਿੱਚ ਵੀ ਸਹਿਬ ਦਸਮ ਪਾਤਸ਼ਾਹ ਜੀ ਦੇ ਸ਼ਬਦ ਗੁਪਤ 11ਵਾਂ ਖੇਲ ਸੀ ਕੋਇ ਕੋ ਪਾਵੈ ਪਾਰ ਦੇ ਵਾਕ ਅਨੁਸਾਰ ਇਹ ਜੋ ਭਵਿੱਖਤ ਵਾਕ ਕੀਤੇ ਸਨ ਉਹਨਾਂ ਨੂੰ ਪ੍ਰਗਟ ਕੀਤਾ ਔਰ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਦੇ ਉੱਤੇ ਸਤਿਗੁਰੂ ਸਰੂਪ ਵਿੱਚ ਪ੍ਰਗਟ ਹੋਏ ਸੰਸਾਰ ਦੀ ਸੰਸਾਰ ਦਾ ਉਧਾਰ ਕਰਨ ਵਾਸਤੇ ਇੱਕ ਛੋਟੀ ਜੀ ਗੱਲ ਮੈਂ ਇੱਥੇ ਕਰ ਲਵਾਂ ਦਸਮ ਪਾਤਸ਼ਾਹ ਜੀ ਤੋਂ ਬਾਅਦ ਸਿੱਖ ਪੰਥ ਦੇ ਦੋ ਸੈਕਟ ਸਾਡੇ ਸਾਹਮਣੇ ਆਉਂਦੇ ਨੇ ਇੱਕ ਸੈਕਟ ਉਹ ਹੈ ਜਿਹੜਾ ਸ਼ਬਦ ਗੁਰੂ ਦੀ ਗੱਲ ਕਰਦਾ ਦੂਸਰਾ ਦੇਹ ਧਾਰੀ ਗੁਰੂ ਦੀ ਗੱਲ ਕਰਦਾ ਹਾਲਾਂਕਿ ਵਿਚਾਰ ਤਾਂ ਇਹ ਹੈ ਕਿ ਸੈਂਕੜੇ ਸਾਲਾਂ ਤੋਂ ਲੈ ਕੇ ਅਸੀਂ ਸ਼ਬਦ ਗੁਰੂ ਤੇ ਦੇਹ ਧਾਰੀ ਗੁਰੂ ਦੀ ਨਿਰਮੂਲ ਬੈਸ ਦੇ ਵਿੱਚ ਪਏ ਹੋਏ ਆ ਨਿਰਮੂਲ ਬੈਸ ਦੇ ਵਿੱਚ ਮੈਂ ਥੋੜੀ ਜਿਹੀ ਇਹਦੇ ਬਾਰੇ ਆਪ ਜੀ ਦੇ ਸਾਹਮਣੇ ਜ਼ਿਕਰ ਕਰ ਲਵਾਂ ਇਸ ਗੱਲ ਦੇ ਵਿੱਚ ਕੋਈ ਦੋਰ ਆਏ ਨਹੀਂ ਭਈ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਨੂੰ ਗੁਰੂ ਗੁਰਬਾਣੀ ਵਿੱਚ ਦੱਸਿਆ ਪਰ ਇਹ ਯਾਦ ਰੱਖਣ ਵਾਲੀ ਗੱਲ ਹੈ ਕੀ ਸ਼ਬਦ ਤਾਂ ਆਦ ਕਾਲ ਤੋਂ ਹੀ ਲੈ ਕੇ ਲੋਕਾਈ ਦਾ ਭਲਾ ਕਰਦਾ ਆ ਰਿਹਾ ਹੈ ਇੰਜ ਕਹਿ ਲਈਏ ਜਦੋਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇਹ ਕਰਕੇ ਸੰਸਾਰ ਤੇ ਪ੍ਰਗਟ ਨਹੀਂ ਸਨ ਹੋਏ ਸ਼ਬਦ ਉਦੋਂ ਵੀ ਹੈ ਸੀ ਔਰ ਕਮਾਲ ਦੀ ਗੱਲ ਇਹ ਹੈ ਭਈ ਇਸ ਸ਼ਬਦ ਨੂੰ ਪ੍ਰਗਟ ਵੀ ਦੇਹ ਧਾਰੀ ਰਾਹੀਂ ਹੀ ਕੀਤਾ ਜਾ ਸਕਦਾ ਹੈ ਇਹਦਾ ਪ੍ਰਤੱਖ ਪ੍ਰਮਾਨ ਇਦਾ ਪ੍ਰਤੱਖ ਪ੍ਰਮਾਣ ਗੁਰਬਾਣੀ ਵਿੱਚੋਂ ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖਦਾ ਕਬੀਰ ਜੀ ਕਹਿੰਦੇ ਨੇ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸ਼ਬਦ ਜੂ ਬਾਹਿਆ ਏਕ ਮੈਨੂੰ ਸਤਗੁਰੂ ਮਿਲਿਆ ਉਹ ਸਤਗੁਰੂ ਨੇ ਮੈਨੂੰ ਸ਼ਬਦ ਦੇ ਨਾਲ ਜੋੜਿਆ ਜਾਂ ਸ਼ਬਦ ਦਾ ਬਾਣ ਮਾਰਿਆ ਉਸ ਬਾਣ ਦਾ ਇਹ ਪ੍ਰਭਾਵ ਹੋਇਆ ਮੇਰੇ ਤੇ ਮੇਰਾ ਜੋ ਪੱਥਰ ਰੂਪੀ ਹਿਰਦਾ ਸੀ ਉਹ ਸਿਰ ਦੇ ਵਿੱਚ ਪਰਿਵਰਤਨ ਆਇਆ ਪਰਿਵਰਤਨ ਕੈਸਾ ਆਇਆ ਬਿਗਰਿਓ ਕਬੀਰਾ ਰਾਮ ਦੁਹਾਈ ਸਾਚ ਭਇਓ ਅਨ ਕਤਹਿ ਨ ਜਾਇ ਮੈਂ ਰੱਬ ਦਾ ਰੂਪ ਹੋ ਗਿਆ ਵਾ ਤੋ ਸ਼ਬਦ ਤਾਂ ਆਦ ਕਾਲ ਤੋਂ ਲੈ ਕੇ ਹੀ ਸ਼ਬਦ ਨੂੰ ਜਪਣ ਵਾਲਿਆਂ ਦਾ ਭਲਾ ਕਰਦਾ ਆਇਆ ਹੈ ਪਰ ਪ੍ਰਗਟ ਦੇ ਧਾਰੀ ਦੀ ਰਾਹੀ ਹੋਇਆ ਔਰ ਅੱਜ ਵੀ ਇਹ ਪਰੰਪਰਾ ਹੈ ਫਰਕ ਇਹ ਹੈ ਕੀ ਨਾਮ ਧਾਰੀ ਪੰਥ ਵਿੱਚ ਇਸ ਸ਼ਬਦ ਨਾਲ ਜੁੜਨ ਲਈ ਜਾਂ ਇਸ ਸ਼ਬਦ ਦੀ ਪ੍ਰਾਪਤੀ ਵਾਸਤੇ ਕਿਸੇ ਇੱਕ ਦੇਹ ਧਾਰੀ ਦੀ ਲੋੜ ਹੁੰਦੀ ਹੈ ਬਾਕੀ ਸਿੱਖ ਸਮਾਜ ਇਸ ਸ਼ਬਦ ਨਾਲ ਜੁੜਨ ਵਾਸਤੇ ਪੰਜ ਦੇਹ ਧਾਰੀਆਂ ਨੂੰ ਮੰਨਦਾ ਹੈ ਭਾਵ ਪੰਜਾਂ ਪਿਆਰਿਆਂ ਦੇ ਕੋਲੋਂ ਇਹਦੀ ਪ੍ਰਾਪਤੀ ਕਰਦਾ ਹੈ ਫਰਕ ਇਹ ਹੈ ਪਰ ਇੰਜ ਕਹਿ ਲਈਏ ਇਸ ਇਸ ਨੂੰ ਬਹਿਸ ਦਾ ਵਿਸ਼ਾ ਨਾ ਬਣਾ ਕੇ ਇੰਜ ਕਹਿ ਸਕਦੇ ਹਾਂ ਸ਼ਬਦ ਗੁਰੂ ਤੋਂ ਬਿਨਾ ਦੇਹ ਧਾਰੀ ਗੁਰੂ ਨਹੀਂ ਹੋ ਸਕਦਾ ਤੇ ਦੇਹ ਧਾਰੀ ਗੁਰੂ ਤੋਂ ਬਿਨਾ ਸ਼ਬਦ ਗੁਰੂ ਵੀ ਨਹੀਂ ਹੋ ਸਕਦਾ ਇਹ ਦੋਵੇਂ ਇੱਕ ਦੂਜੇ ਦੇ ਨਾਲ ਓਤਪੋਤ ਨੇ ਇਹਨਾਂ ਨੂੰ ਵੱਖਰੇਆਂ ਨਹੀਂ ਕੀਤਾ ਜਾ ਸਕਦਾ ਖੈਰ ਤੋਂ ਜਦੋਂ ਉਹ ਸ਼ਬਦ ਗੁਰੂ ਸਤਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਪ੍ਰਗਟ ਹੋਇਆ ਤਾਂ ਸੰਸਾਰ ਦੇ ਵਿੱਚ ਉਸ ਸਤਗੁਰੂ ਦੀ ਖਿਆਤੀ ਇਸ ਤਰ੍ਹਾਂ ਦੀ ਵਧੀ ਜਿਹਦੇ ਬਾਰੇ ਗਿਆਨੀ ਗਿਆਨ ਸਿੰਘ ਹੁਣੀ ਲਿਖਦੇ ਨੇ ਨਾਮ ਸਿੰਘ ਬਾਲਕ ਪੈ ਪਾਲਕ پیغمبرੋ ਕੇ ਅੰਬਰੋ ਕੇ ਮਾਲਕ ਅਡੰਬਰੋ ਕੇ ਤਿਆਗੀ ਹੈ ਤਾਲਕ ਰਖੈ ਹੈ ਇੱਕ ਖਾਲਕ ਸੋ ਖਾਲਕ ਸੈਂ ਸਾਲਕ ਸੈਂ ਗਾਲਕ ਵਿਕਾਰਨ ਕੇ ਚਾਲਕ ਵੈਰਾਗੀ ਹੈ ਉਹ ਸਤਿਗੁਰੂ ਨੇ ਕੀ ਕੀਤਾ ਗੋਏ ਰਾਖੀ ਘਟ ਦੀਪ ਜਿਮ ਨੇਜ ਅਜਮਤ ਸਜਮਤ ਭਜਨ ਬਿਰਕਤ ਅਦਾਗੀ ਹੈ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਇਹ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜੋਤ ਸੀ ਇਸ ਢੰਗ ਦੇ ਨਾਲ ਸੰਸਾਰ ਦੇ ਉੱਤੇ ਪ੍ਰਜਵਲਿਤ ਹੋ ਕੇ ਲੋਕਾਂ ਨੂੰ ਚਾਨਣ ਦੇ ਨਾਲ ਜੋੜਦੀ ਰਹੀ ਜਿਸ ਤਰ੍ਹਾਂ ਕੋਈ ਦੀਵਾ ਬਾਲ ਕੇ ਘੜੇ ਵਿੱਚ ਰੱਖਦੇ ਉਸ ਦੀ ਰੌਸ਼ਨੀ ਤਾਂ ਨਹੀਂ ਘਟਦੀ ਪਰ ਰੌਸ਼ਨੀ ਬਾਹਰ ਵੀ ਨਹੀਂ ਜਾਂਦੀ ਇਹਦਾ ਭਾਵ ਇਹ ਹੈ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਗੁਪਤ ਰਹਿਣ ਦਾ ਇਰਾਦਾ ਸੀ ਗੁਪਤ ਰਹਿਣ ਦੇ ਇਰਾਦੇ ਨੂੰ ਪਰਗਟ ਕਰਨ ਵਾਸਤੇ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਹੁਤ ਵੱਡੇ ਕੋਈ ਦੌਰੇ ਨਹੀਂ ਕੀਤੇ ਹਜ਼ਰੋਂ ਸਾਹਿਬ ਤੋਂ ਬਾਹਰ ਜਾ ਕੇ ਪ੍ਰਚਾਰ ਨਹੀਂ ਕੀਤਾ ਉਸ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਜੋਤ ਨੂੰ ਕੇਵਲ ਸਾਹਮ ਕੇ ਰੱਖਿਆ ਇੱਕ ਆਮਾਨਤ ਦੇ ਰੂਪ ਵਿੱਚ ਸਾਹਮ ਕੇ ਰੱਖਿਆ ਪਰ ਫਿਰ ਵੀ ਜਿਹੜੇ-ਜਿਹੜੇ ਵੀ ਸਿੱਖ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਏ ਚਰਨਾ ਵਿੱਚ ਆਏ ਜਦੋਂ ਉਹਨਾਂ ਨੂੰ ਸ਼ਬਦ ਦੇ ਨਾਲ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜੋੜਿਆ ਤਾਂ ਸੱਚਮੁੱਚ ਉਹਨਾਂ ਦੇ ਜੀਵਨ ਵਿੱਚ ਬੜੇ-ਬੜੇ ਵੱਡੇ ਪਰਿਵਰਤਨ ਆਏ ਅਨੇਕਾਂ ਹੀ ਇਸ ਤਰ੍ਹਾਂ ਦੀਆਂ ਸਿੱਖਾਂ ਦੀਆਂ ਅਸੀਂ ਸਾਖੀਆਂ ਸੁਣ ਸਕਦੇ ਹਾਂ ਭਾਈ ਧਨੀ RAM ਜੈਦੇ ਪਿੰਡ ਦਾ ਰਹਿਣ ਵਾਲਾ ਕਦੀ ਪੱਥਰਾਂ ਦੀ ਪੂਜਾ ਕਰਦਾ ਸੀ ਭਾਵ ਪੱਥਰ ਦੇ ਰੂਪ ਵਿੱਚ ਰੱਬ ਦੀ ਪੂਜਾ ਕਰਦਾ ਸੀ ਠਾਕੁਰਾਂ ਦੀ ਪੂਜਾ ਕਰਦਾ ਸੀ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਉਂਦਾ ਸ਼ਰਨ ਵਿੱਚ ਆਉਣ ਤੋਂ ਬਾਅਦ ਸਤਿਗੁਰੂ ਜੀ ਉਸ ਨੂੰ ਨਾਮ ਦੀ ਦਾਤ ਬਖਸ਼ਦੇ ਨੇ ਨਾਮ ਦੀ ਦਾਤ ਪ੍ਰਾਪਤ ਕਰਕੇ ਉਸ ਨਾਮ ਦੇ ਦਾ ਜਾਪ ਕਰਦਾ ਉਸ ਨਾਮ ਦਾ ਜਾਪ ਕਰਨ ਦਾ ਸਦਕਾ ਇਹ ਅਵਸਥਾ ਹੁੰਦੀ ਹੈ ਭਾਈ ਧਨੀਰਾਮ ਹੋਣਾ ਦੀ ਕਬੀਰ ਤੂੰ ਤੂੰ ਕਰਤਾ ਤੂੰ ਹੂ ਆ ਮੁਜਮੇ ਰਹਾ ਨਾ ਹੂੰ ਇੱਕ ਮਿਕ ਹੋ ਜਾਂਦੇ ਨੇ ਔਰ ਇਸ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਨੇ ਜਿਸ ਅਵਸਥਾ ਤੇ ਜਾ ਕੇ ਉਹਨਾਂ ਨੂੰ ਆਉਣ ਵਾਲੇ ਸਮੇ ਬਾਬਤ ਵੀ ਪਤਾ ਲੱਗਦਾ ਹੈ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਇੱਕ ਵਾਰੀ ਸਿੱਖਾਂ ਨੇ ਅਰਜ਼ ਕੀਤੀ ਗਰੀਬ ਨਵਾਜ਼ ਤੁਸੀਂ ਤੁਹਾਡੇ ਜਿੰਨਾ ਸੰਸਾਰ ਤੇ ਕੋਈ ਹੋਰ ਵੀ ਅਜ ਦੀ ਤਰੀਕ ਵਿੱਚ ਮਹਾਪੁਰਸ਼ ਹੈ ਜਿਨ੍ਹਾਂ ਨੇ ਨਾਮ ਜਪਿਆ ਹੋਵੇ ਜਾਂ ਜਿਹੜਾ ਤੁਹਾਡੇ ਤੁਲ ਹੋਵੇ ਤੁਹਾਡੇ ਬਰਾਬਰ ਹੋਵੇ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਖਿਆ ਪਾਈ ਇਹ ਗੱਲ ਧਨੀ RAM ਦੱਸੇਗਾ ਮਾਨ ਬਖਸ਼ਿਆ ਭਾਈ ਧਨੀ RAM ਨੂੰ ਸਵਾਲ ਕੀਤਾ ਸਿੱਖਾਂ ਨੇ ਵੀ ਭਾਈ ਜੀ ਇਹ ਦੱਸੋ ਕੋਈ ਅੱਜ ਦੀ ਤਰੀਕ ਵਿੱਚ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਵੀ ਵੱਡਾ ਹੈ ਤਾਂ ਭਾਈ ਧਨੀ RAM ਹੋਣਾ ਨੇ ਆਖਿਆ ਹਾਂ ਐਸ ਵਕਤ ਰਾਈਆਂ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਸਤਿਗੁਰੂ RAM ਸਿੰਘ ਸਾਹਿਬ ਸੱਚੇ ਪਾਤਸ਼ਾਹ ਠਾਕੁਰ ਜੀ ਪ੍ਰਗਟ ਹੋਏ ਨੇ ਜਿਨ੍ਹਾਂ ਦੀ ਕਮਾਈ ਬਹੁਤ ਵੱਡੀ ਹੈ ਔਰ ਬਹੁਤ ਜਲਦੀ ਅਸੀਂ ਉਹਨਾਂ ਦੇ ਦਰਸ਼ਨ ਕਰਾਂਗੇ ਭਾਵ ਉਹਨਾਂ ਨੂੰ ਹਜਰੋ ਸਾਹਿਬ ਬੈਠਿਆਂ ਹੋਿਆਂ ਨੂੰ ਇਹ ਪਤਾ ਲੱਗ ਰਿਹਾ ਬਾਬਾ ਬੈਂਕਾ ਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਉਂਦਾ ਆ ਕੇ ਨਾਮ ਦੀ ਦਾਤ ਲੈਂਦਾ ਨਾਮ ਪ੍ਰਾਪਤ ਕਰਕੇ ਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੋਲ ਉਸ ਨਾਮ ਦਾ ਜਾਪ ਕਰਦਾ ਔਰ ਇਸ ਅਵਸਥਾ ਤੇ ਪਹੁੰਚਦਾ ਪਈ ਨਾਮ ਜਪਦਿਆਂ ਜਪਦਿਆਂ ਉਸ ਚੁੱਕਰੇ ਦਾ ਭਜਨ ਕਰਦਿਆਂ ਕਰਦਿਆਂ ਇੰਨੀ ਬਿਰਤੀ ਜੁੜ ਜਾਂਦੀ ਹੈ ਇਹ ਹੀ ਭੁੱਲ ਜਾਂਦੇ ਆ ਵੀ ਮੇਰੇ ਗੁਰੂ ਨੇ ਮੈਨੂੰ ਨਾਮ ਦਿੱਤਾ ਕੀ ਸੀ ਉਸ ਪਰਮੇਸ਼ਰ ਦਾ ਇੱਕ ਨਵਾਂ ਨਾਮ ਰੱਖ ਲੈਂਦੇ ਨੇ ਉਹ ਨਵਾਂ ਨਾਮ ਜਪਦੇ ਨੇ ਲਬਾ ਲਬ ਲਬਾ ਲਬ ਲਬਾ ਲਬ ਔਰ ਇਸ ਅਵਸਥਾ ਤੱਕ ਪਹੁੰਚਦੇ ਨੇ ਕਰਨ ਸਿੰਘ ਵਹਿਮੀ ਹੋਣੀ ਇਹ ਸਾਰੀ ਕਥਾ ਨੂੰ ਬਿਆਨ ਕਰਦੇ ਨੇ ਏਕ ਬੈਂਕੇ ਸੇਵਕ ਪੈ ਜੋਹਰ ਅਜਮਾਵ ਨੇ ਕੋ ਸ਼ਬਦ ਕਟਾਰ ਕੇਰਾ ਕੀਨਾ ਔਨਵਾਰ ਤਬ ਲਾਗਤ ਹੀ ਲਬਾ ਲਬ ਲਬ ਕਹਨੇ ਲਗਾ ਕਬੀ ਖੂਬ ਕੂਦ ਕਹੇ ਅੰਬਰ ਖਿਲਾਰ ਫਬ ਤੇ ਕਰਦੇ ਕੀ ਸੰ ਬਾਬਾ ਬੈਂਕਾ ਸਿੰਘ ਬਾਬਾ ਬੈਂਕਾ ਜੀ ਬਾਹਰ ਚਲੇ ਜਾਣਾ ਬੈਠ ਜਾਣਾ ਤਿੰਨ ਆਸਨ ਵਿਛਾਦੇ ਨੇ ਆਸਨ ਵਿਛਾ ਕੇ ਤੇ ਅਰਜ਼ ਕਰਨੀ ਆਓ ਆਓ ਬੈਠੋ ਬਾਬਾ ਬਾਲਕ ਸਿੰਘ ਬੈਠੋ ਬਾਬਾ ਰਾਮ ਸਿੰਘ ਬੈਠੋ ਬਾਬਾ ਬੁੱਧ ਸਿੰਘ ਇਹੀ ਹ ਸਰਕਾਰ ਅੱਬ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁੰਦਿਆਂ ਹੀ ਬਾਬਾ ਬੈਂਕਾ ਜੀ ਇਹ ਆਖਣ ਲੱਗ ਪਏ ਸਨ ਕਿ ਅਗਲਾ ਜਾਮਾ ਸਤਿਗੁਰੂ ਰਾਮ ਸਿੰਘ ਹੈ ਤੇ ਉਸ ਤੋਂ ਬਾਅਦ ਅਗਲਾ ਜਾਮਾ ਭਾਈ ਬੁੱਧ ਸਿੰਘ ਬਾਬਾ ਬੁੱਧ ਸਿੰਘ ਜੋ ਬਾਅਦ ਵਿੱਚ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਬਣਦੇ ਨੇ ਉਹਨਾਂ ਦਾ ਆਵੇਗਾ ਭਾਵੇਂ ਇੰਜ ਕਹਿ ਲਈਏ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤ੍ਰਕਾਲ ਦਰਸ਼ੀ ਸਿੱਖ ਜਿਹੜੇ ਸਨ ਉਹ ਆਪਣੇ ਸਮੇਂ ਦੇ ਅੰਦਰ ਬਣਾਏ ਤ੍ਰਕਾਲ ਦਰਸ਼ੀ ਸਿੱਖ ਫਿਰ ਉਹ ਕਿਸ ਤਰ੍ਹਾਂ ਸਮਝਾਉਂਦੇ ਨੇ ਭਾਈ ਰਾਮ ਸਹਾਇ ਓਡੇ ਪਿੰਡ ਦਾ ਰਹਿਣ ਵਾਲਾ ਹੁੰਦਾ ਉਸ ਨੂੰ ਭਜਨ ਦੱਸਦੇ ਨੇ ਉਹ ਅਰਜ਼ ਕਰਦਾ ਗਰੀਬ ਨਿਵਾਜ ਮੇਰਾ ਜੀ ਕਰਦਾ ਜਿਸ ਨੂੰ ਅਕਾਲ ਪੁਰਖ ਕਹਿੰਦੇ ਆ ਉਹਦਾ ਦਰਸ਼ਨ ਹੋਵੇ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ ਭਾਈ ਹੋ ਜਾਵੇਗਾ ਭਾਈ ਰਾਮ ਸਹਾਇ ਜੀ ਬੈਠੇ ਨੇ ਤਪਸੀਆ ਕਰਦੇ ਨੇ ਭਾਈ ਅੱਖਾਂ ਮੀਟੀਆਂ ਨੇ ਇੱਕ ਬੱਕਰੀ ਦਾ ਬੱਚਾ ਮੇਮਣਾ ਆ ਕੇ ਉਹਨਾਂ ਦੇ ਨਾਲ ਘਸੜਨ ਲੱਗਦਾ ਉਸ ਨੂੰ ਦਬਕਾ ਮਾਰਦੇ ਨੇ ਭਜਾ ਦਿੰਦੇ ਨੇ ਉਹ ਥੋੜੀ देर ਬਾਅਦ ਆ ਕੇ ਫਿਰ ਆਪਣਾ ਪਿੰਡਾ ਖੁਰਕਦਾ ਦੁਬਾਰਾ ਤੋਂ ਗੁੱਸੇ ਵਿੱਚ ਆ ਕੇ ਉਸ ਨੂੰ ਇਸ਼ਾਰਾ ਕਰਦੇ ਨੇ ਉਹ ਜਾਂਦਾ ਹੈ ਤੀਸਰੀ ਵਾਰੀ ਫੇਰ ਆ ਜਾਂਦਾ ਹੈ ਸੰਤ ਰਾਮ ਸਹਾਏ ਜੀ ਨੂੰ ਥੋੜਾ ਜਿਹਾ ਗੁੱਸਾ ਆ ਕੇ ਪੱਥਰ ਚੁੱਕ ਕੇ ਉਸ ਨੂੰ ਮਾਰਦੇ ਨੇ ਉਹ ਮੇਮਣਾ ਚਲਾ ਜਾਂਦਾ ਹੈ ਆ ਕੇ ਅਰਜ਼ ਕਰਦੇ ਨੇ ਗਰੀਬ ਨਵਾਜ਼ ਜਦੋਂ ਉਹ ਮੇਮਨਾ ਚਲਾ ਜਾਂਦਾ ਉਸ ਤੋਂ ਬਾਅਦ ਬਿਰਤੀ ਨਹੀਂ ਜੁੜਦੀ ਆ ਕੇ ਅਰਜ਼ ਕਰਦੇ ਨੇ ਗਰੀਬ ਨਵਾਜ਼ ਅੱਜ ਨਾ ਤਾਂ ਬਿਰਤੀ ਜੁੜੀ ਮੇਰੀ ਇਹ ਅਰਜ਼ ਸੀ ਕਿਰਪਾ ਹੋਵੇ ਉਸ ਅਕਾਲ ਪੁਰਖ ਦਾ ਦਰਸ਼ਨ ਹੋਵੇ ਕੋਈ ਦਰਸ਼ਨ ਨਹੀਂ ਹੋਇਆ ਤੁਸੀਂ ਆਖਿਆ ਸੀ ਹੋਵੇਗਾ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ ਭਾਈ ਅਕਾਲ ਪੁਰਖ ਦਾ ਦਰਸ਼ਨ ਕਿਸੇ ਖਾਸ ਵਖਰੇ ਰੂਪ ਦੇ ਵਿੱਚ ਤਾਂ ਨਹੀਂ ਲਿਖਿਆ ਨਾ ਭੀ ਹੋਵੇਗਾ ਉਹ ਤਾਂ ਹਰ ਇੱਕ ਦੇ ਵਿੱਚ ਸਮਾਇਆ ਹੋਇਆ ਕਣ-ਕਣ ਵਿੱਚ ਸਮਾਇਆ ਹੋਇਆ ਉਹ ਤਾਂ ਕਿਸੇ ਰੂਪ ਵਿੱਚ ਵੀ ਦਰਸ਼ਨ ਦੇ ਸਕਦਾ ਔਰ ਭਾਈ ਤੇਰੇ ਕੋਲ ਆਇਆ ਸੀ ਤੂੰ ਪਛਾਣਿਆ ਨਹੀਂ ਰੱਬ ਤੈਥੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਨਾਨਕ ਸੇ ਅਖੜੀਆਂ ਬਿਆਨ ਜਿੰਨੀ ਡਿਸੰਡੋ ਮਾਪੀਰੀ ਸਤਿਗੁਰੂ ਕੋ ਦੇਖਣ ਵਾਲੀ ਅੱਖਾਂ ਹੋਰ ਹੁੰਦੀਆਂ ਜੋ ਦੇਖ ਨਹੀਂ ਸਕਦੀ ਉਹ ਬਹੁਤ ਕਮਜ਼ੋਰ ਹੁੰਦੀਆਂ ਹੈ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ ਰੱਬ ਤੇਰੇ ਕੋਲ ਆਇਆ ਪਰ ਤੂੰ ਪਛਾਣਿਆ ਨਹੀਂ ਉਹਦੀ ਪਛਾਣ ਕਰਨੀ ਪੈਣੀ ਸੀ ਭਾਈ ਰਾਮ ਸਹਾਏ ਜੀ ਆਖਣ ਲੱਗੇ ਜੀ ਮੈਨੂੰ ਤਾਂ ਧਿਆਨ ਨਹੀਂ ਭੀ ਰੱਬ ਕਦੋਂ ਆਇਆ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ ਉਹ ਜਿਹੜਾ ਮੇਮਣਾ ਆਇਆ ਸੀ ਉਹ ਰੱਬ ਦਾ ਹੀ ਰੂਪ ਸੀ ਹੋਰ ਕੌਣ ਹੈ ਜੀਵਨ ਮੈਂ ਜਲ ਮੈਂ ਥਲ ਮੈਂ ਸਭ ਰੂਪਨ ਮੈਂ ਸਭ ਭੂਪਨ ਮੈਂ ਮਾਹੀ ਜੇ ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ ਸਹਿਬ ਦਸਮ ਪਾਤਸ਼ਾਹ ਲਿਖਦੇ ਨੇ ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ ਤਾਂ ਫਿਰ ਉਸ ਮੇਮਨੇ ਵਿੱਚ ਹੈ ਨਹੀਂ ਤਾਂ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਭਾਈ ਰਾਮ ਸਹਾਇ ਕਹਿੰਦਾ ਜੀ ਹੁਣ ਮੈਂ ਕੀ ਕਰਾਂ ਸਤਿਗੁਰੂ ਜੀ ਆਖਣ ਲੱਗੇ ਤੇਰਾ ਰੱਬ ਰੁੱਸ ਗਿਆ ਉਸ ਰੱਬ ਨੂੰ ਮਨਾ ਜਾ ਕੇ ਹੁਣ ਕੀ ਕਰਾਂ ਜੀ ਉਸ ਮੇਮਨੇ ਨੂੰ ਲੱਭ ਉਸ ਮੇਮਨੇ ਨੂੰ ਲੱਭ ਕੇ ਉਸ ਮੇਮਨੇ ਦੀ ਸੇਵਾ ਕਰ ਇਸ ਬਿਰਤੀ ਨੂੰ ਇਸ ਭਾਵ ਨੂੰ ਪ੍ਰਗਟ ਕਰਦੇ ਨੇ ਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੀ ਜੋ ਬਿਰਤੀ ਹੈ ਉਹਨੂੰ ਇਸ ਰੂਪ ਚ ਅਧਿਆਤਮਵਾਦੀ ਬਣਾਉਂਦੇ ਨੇ ਕਿ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਸਾਰਿਆਂ ਦੇ ਵਿੱਚ ਉਹ ਰਾਮ ਵਸਦਾ ਹੈ ਪਰ ਵੇਖਣ ਦੀ ਲੋੜ ਹੈ ਔਰ ਭਾਈ ਰਾਮ ਸਹਾਇ ਜੀ ਆਗਿਆ ਮੰਨ ਕੇ ਚੂਰੀ ਕੁੱਟਦੇ ਨੇ ਪਾਣੀ ਦਾ ਛੰਨਾ ਲੈਂਦੇ ਨੇ ਔਰ ਸਤ ਪਿੰਡਾਂ ਵਿੱਚ ਲੱਭਦੇ ਫਿਰਦੇ ਨੇ ਵੀ ਉਹ ਮੇਮਨਾ ਗਿਆ ਕਿੱਥੇ ਲੱਭ ਕੇ ਉਹਦੀ ਪੈਰੀ ਪੈ ਕੇ ਉਹਦੇ ਕੋਲੋਂ ਮਾਫੀ ਮੰਗਦੇ ਨੇ ਤੇ ਕਹਿੰਦੇ ਨੇ ਮੇਰੇ ਰੱਬ ਜੀ ਮੈਨੂੰ ਮਾਫ ਕਰਦੇ ਹੋ ਇੱਕ ਕਥਾ ਹੁੰਦੀ ਹੈ ਵੀ ਭਗਤ ਨਾਮ ਦੇ ਮਹਾਰਾਜ ਪ੍ਰਸ਼ਾਦੇ ਪਕਾਉਂਦੇ ਸਨ ਪਏ ਕੁੱਤੇ ਨੇ ਆ ਕੇ ਕਿਸੇ ਕੁਕਰ ਨੇ ਆ ਕੇ ਪ੍ਰਸ਼ਾਦਿਆਂ ਨੂੰ ਮੂੰਹ ਪਾਇਆ ਤੇ ਦੌੜ ਪਿਆ ਕਹਿੰਦੇ ਨੇ ਭਗਤ ਨਾਮ ਦੇ ਮਹਾਰਾਜ ਜੀ ਕਿ ਉਹ ਵਾਲਾ ਕੌਲਾ ਚੁੱਕ ਕੇ ਉਸ ਕੁੱਤੇ ਦੇ ਮਗਰ દોੜੇ ਤੇ ਨਾਲੇ ਸ਼ਬਦ ਆਖਣ ਠਾਕੁਰ ਜੀ ਰੁਕ ਜਾਓ ਪ੍ਰਸ਼ਾਦੇ ਚੋਪੜ ਕੇ ਖਾਇਓ ਸੁੱਕੇ ਕਿਉਂ ਲੈ ਕੇ ਦੌੜੀ ਜਾਂਦੇ ਹੋ ਕਹਿੰਦੇ ਨੇ ਪਰਮੇਸ਼ਰ ਨੇ ਦਰਸ਼ਨ ਦੇ ਕੇ ਆਖਿਆ ਉਹ ਤੂੰ ਕੁੱਤੇ ਵਿੱਚੋਂ ਵੀ ਮੈਨੂੰ ਲੱਭ ਲਿਆ ਤੋ ਦ੍ਰਿਸ਼ਟੀ ਜਦੋਂ ਇਸ ਤਰ੍ਹਾਂ ਦੀ ਬਣ ਜਾਵੇ ਸਾਰਿਆਂ ਵਿੱਚ ਪਰਮੇਸ਼ਰ ਜਿਹੜਾ ਦਿਸਣ ਲੱਗ ਪਵੇ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਭਾਈ ਰਾਮ ਸਹਾਏ ਦੇ ਨਾਲ ਇਸ ਤਰ੍ਹਾਂ ਦੇ ਬਚਨ ਕਰਦੇ ਨੇ ਇਸ ਤਰ੍ਹਾਂ ਦੀ ਬਿਰਤੀ ਬਣਾਉਣ ਦਾ ਯਤਨ ਕਰਦੇ ਨੇ ਤੋਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਾਖੀਆਂ ਨੇ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਪਣੇ ਨਿਜ ਕਰਮ ਦੀ ਜਦੋਂ ਅਸੀਂ ਨਿਤ ਕਰਮ ਦੀ ਗੱਲ ਕਰਦੇ ਆ ਜਿੱਥੇ ਉਹ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਨ ਕੇ ਸੀ ਇਸ਼ਨਾਨ ਕਰਕੇ ਨਾਮ ਜਪਦੇ ਸਨ ਉੱਥੇ ਉਹ ਸਤਿਗੁਰੂ ਦਾ ਇਹ ਹੁਕਮ ਜਿਹੜਾ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਰਾਹੀ ਅਸੀਂ ਸ਼ਰਵਨ ਕਰਦੇ ਆਂ ਕਿ ਭਾਈ ਜਿਹੜਾ ਮਨੁੱਖ ਆਸਾ ਦੀ ਵਾਰ ਵਿੱਚ ਬਿਨਾਂ ਸਨ ਕੇਸੀ ਇਸ਼ਨਾਨ ਕਰਕੇ ਆਵੇਗਾ ਜਾਂ ਬਾਣੀ ਸੁਨੇਗਾ ਜਾਂ ਗਾਵੇਗਾ ਤਿਸ ਨੂੰ ਪੁੰਨ ਦੀ ਥਾ ਤੇ ਪਾਪ ਲੱਗੇਗਾ ਇਹ ਬਚਨ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਆ ਸਿੱਖਾਂ ਅੰਦਰੋਂ ਇੱਕ ਆਲਸ ਮਿਟਾਉਣ ਦਾ ਯਤਨ ਕਰਦੇ ਨੇ ਉਸ ਮਰਿਆਦਾ ਨੂੰ ਲਾਗੂ ਕਰਾਉਂਦੇ ਨੇ ਜਿਹੜੀ ਮਰਿਆਦਾ ਗੁਰੂ ਰਾਮਦਾਸ ਪਾਤਸ਼ਾਹ ਆਖੀ ਸੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ ਸਵੇਰੇ ਉੱਠ ਕੇ ਨਾਮ ਜਪਣਾ ਗੁਰਬਾਣੀ ਦਾ ਪਾਠ ਕਰਨਾ ਸ਼ਾਮ ਨੂੰ ਪਾਤਸ਼ਾਹ ਕਥਾ ਕਰਿਆ ਕਰਦੇ ਸਨ ਔਰ ਇਹ ਸ਼ਬਦ ਦੀ ਕਮਾਈ ਸੀ ਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਈ ਉਸ ਵਕਤ ਦੇ ਜਿਹੜੇ ਵੱਡੇ ਵੱਡੇ ਗੁਰੂ ਘਰਾਨੇ ਸਨ ਔਰ ਜਿਨ੍ਹਾਂ ਗੁਰੂ ਘਰਾਨਿਆਂ ਦੀ ਉਸ ਵਕਤ ਪੂਜਾ ਹੋ ਰਹੀ ਸੀ ਉਹ ਗੁਰੂ ਘਰਾਨੇ ਵੀ ਉਹਨਾਂ ਗੁਰੂ ਘਰਾਨਿਆਂ ਦੇ ਜੋ ਜਾਨਸ਼ੀਨ ਸਨ ਉਹ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਝੁਕਦੇ ਨੇ ਸੋਡੀਆਂ ਦੀ ਵੰਸ਼ ਵਿੱਚੋਂ ਸੋਢੀ ਹੁਕਮ ਸਿੰਘ ਹੈ ਬੇਦੀਆਂ ਦੀ ਵੰਸ਼ ਵਿੱਚੋਂ ਬੇਦੀ ਪੋਜ ਸਿੰਘ ਹੋਣੀ ਨੇ ਇਹ ਦੋਵੇਂ ਜਾਣੇ ਭਾਵਤਾਏ ਲੈ ਕੇ ਆਉਂਦੇ ਨੇ ਵੀ ਕੋਈ ਅਰੋੜਾ ਕਿਦਾਂ ਗੁਰੂ ਹੋ ਸਕਦਾ ਹੈ ਗੁਰੂ ਹੋਣ ਦਾ ਜਾਂ ਪੂਜਾ ਕਰਵਾਉਣ ਦਾ ਜਾਂ ਸਿੱਖੀ ਸੇਵਕੀ ਦਾ ਸਾਰਾ ਸੰਬੰਧ ਤਾਂ ਜਾਂ ਵੇਦੀਆਂ ਕੋਲ ਹੈ ਜਾਂ ਛੋਡੀਆਂ ਪਾਸ ਹੈ ਪਰ ਜਦੋਂ ਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਉਂਦੇ ਨੇ ਆ ਕੇ ਸਤਿਗੁਰੂ ਜੀ ਦੀ ਕਥਾ ਸੁਣਦੇ ਨੇ ਕਥਾ ਸੁਣ ਕੇ ਜਿਹੜੇ ਆਪਣੇ ਸ਼ੰਕੇ ਨੇ ਸਤਿਗੁਰਾਂ ਦੇ ਸਾਹਮਣੇ ਰੱਖਦੇ ਨੇ ਸਤਿਗੁਰੂ ਉਹਨਾਂ ਸ਼ੰਕਿਆਂ ਦੇ ਸਮਾਧਾਨ ਕਰਦੇ ਨੇ ਇਹ ਇੰਨੀਆਂ ਇੰਨੀਆਂ ਵੱਡੀਆਂ ਸ਼ਕਤੀਆਂ ਇੰਨੀਆਂ ਪ੍ਰਭਾਵਤ ਹੁੰਦੀਆਂ ਨੇ ਭਈ ਉਹ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਨੂੰ ਉਤਾਰਨ ਕਰ ਲੈਂਦੀਆਂ ਨੇ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨ ਲੈਂਦੇ ਨੇ ਇਹ ਸਾਰੀਆਂ ਸ਼ਕਤੀਆਂ ਜਿੱਥੇ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਏਡੀ ਸੋਹਣੀ ਕਥਾ ਕਰਿਆ ਕਰਦੇ ਸਨ ਕਿ ਵੱਡੇ ਵੱਡੇ ਗਿਆਨੀ ਵੀ ਉਹਨਾਂ ਦੀ ਕਥਾ ਦੇ ਅੱਗੇ ਆਪ ਮੁਹਾਰੇ ਕਹਿੰਦੇ ਸਨ ਵੀ ਵਾਕਈ ਇੰਨਾ ਵਰਗਾ ਇੰਨਾ ਵਰਗੀ ਕੋਈ ਗੁਰਬਾਣੀ ਦੀ ਕਥਾ ਨਹੀਂ ਕਰ ਸਕਦਾ ਉੱਥੇ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਇੱਕ ਬੜੀ ਖਾਸ ਗੱਲ ਇਹ ਰਹੀ ਕਿ ساری ਜ਼ਿੰਦਗੀ ਉਹਨਾਂ ਨੇ ਮੱਥਾ ਪੈਸਾ ਰੱਖ ਕੇ ਕਿਸੇ ਕੋਲੋਂ ਨਹੀਂ ਟਿਕਵਾਇਆ ਜਾਂ ਉਸ ਪੂਜਾ ਦੇ ਧਰ ਨੂੰ ਕਦੀ ਵੀ ਆਪਣਾ ਨਹੀਂ ਬਣਾਇਆ ਆਪ ਹੱਟੀ ਕਰਦੇ ਸਨ ਆਪ ਉਹ ਦੁਕਾਨਦਾਰੀ ਕਰਦੇ ਸਨ ਉਸ ਦੁਕਾਨਦਾਰੀ ਦੇ ਵਿੱਚੋਂ ਜੋ ਨਫਾ ਹੁੰਦਾ ਸੀ ਉਹਦੇ ਨਾਲ ਆਪਣਾ ਗੁਜ਼ਾਰਾ ਕਰਦੇ ਸਨ ਔਰ ਇੰਨੀ ਸ਼ਕਤੀ ਨਾਲ ਹੁਕਮ ਸੀ ਪਈ ਇੱਕ ਵਾਰੀ ਦਾ ਬਚਨ ਹੁੰਦਾ ਹੈ ਵੀ ਸਤਿਗੁਰੂ ਰਾਮ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਦੂਸਰੀ ਵਾਰੀ ਹਜਰੋਂ ਸਾਹਿਬ ਤੁਰੇ ਜਾ ਰਹੇ ਸਨ ਤੇ ਰਾਹ ਵਿੱਚ ਇੱਕ ਸਾਧੂਆਂ ਦਾ ਟੋਲਾ ਮਿਲਿਆ ਸਤਿਗੁਰ ਜੀ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਕਿੱਥੋਂ ਆਏ ਹੋ ਨਾ ਆਖਿਆ ਜੀ ਹਜਰੋਂ ਸਾਹਿਬ ਤੋਂ ਆਏ ਆ ਉਹ ਸਾਧੂ ਬੜੇ ਦੁਖੀ ਸਨ ਸਤਿਗੁਰ ਜੀ ਪੁੱਛਿਆ ਦੁਖੀ ਕਿਉਂ ਜੇ ਉਹ ਆਖਣ ਲੱਗੇ ਜੀ ਹਜਰੋਂ ਸਾਹਿਬ ਗਏ ਸਾਂ ਦਰਸ਼ਨ ਕਰਨ ਗਏ ਸਾਂ ਪਰ ਆਹ ਵੇਖੋ ਸਾਡੇਆਂ ਹੱਥਾਂ ਤੇ ਚੰਡੀਆਂ ਪੈ ਗਈਆਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਵੀ ਕਿਉਂ ਪੈ ਗੀ ਆ ਉਹਨਾਂ ਆਖਿਆ ਜੀ ਅਸੀਂ ਗਏ ਸਾਂ ਉਹਨਾਂ ਤੇ ਸਾਨੂੰ ਲੰਗਰ ਵੀ ਨਹੀਂ ਸ਼ਿਕਾਇਆ ਉਹਨਾਂ ਸਾਨੂੰ ਇਹ ਆਖਿਆ ਵੀ ਤੁਸੀਂ ਜਾ ਕੇ ਹੱਥੀਂ ਕੰਮ ਕਰੋ ਹੱਥੀਂ ਮਿਹਨਤ ਕਰਕੇ ਪੈਸਾ ਕਮਾਓ ਉਸ ਪੈਸੇ ਦੀ ਜਾ ਕੇ ਰਸਤ ਲਵੋ ਤੇ ਰਸਤ ਲੈ ਕੇ ਲੰਗਰ ਬਣਾਓ ਤੇ ਉਹ ਲੰਗਰ ਬਣਾ ਕੇ ਸ਼ਕ ਲਵੋ ਤੇ ਸਾਨੂੰ ਹੁਕਮ ਮੰਨਾਂ ਪਿਆ ਅਸੀਂ ਕਦੀ ਮੇਰੇ ਵਰਗੇ ਨੇ ਜਿੰਨੇ ਕਦੀ ਕੰਮ ਨਾ ਕੀਤਾ ਹੋਵੇ ਉਹਨੂੰ ਹੱਥੀਂ ਕੰਮ ਕਰਨਾ ਪੈ ਜਾਵੇ ਤਾਂ ਸੱਚੀ ਮੁੱਚੀ ਉਸ ਦੇ ਸਰੀਰ ਨੂੰ ਆਵਾਜ਼ ਆਰੀ ਲੱਗੇਗੀ ਉਹ ਆਖਣ ਲੱਗੇ ਜੀ ਆਹ ਵੇਖੋ ਅਸੀਂ ਕਦੀ ਕੰਮ ਨਹੀਂ ਸੀ ਕੀਤਾ ਕੰਮ ਕਰਨ ਦੇ ਕਰਕੇ ਕਿਰਤ ਕਰਨ ਦੇ ਕਰਕੇ ਸਾਡੇ ਹੱਥਾਂ ਵਿੱਚ ਚੰਡੀ ਚੰਡੀਆਂ ਪੈ ਗਈਆਂ ਨੇ ਸਤਿਗੁਰੂ ਰਾਮ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਜਰੋਂ ਸਾਹਿਬ ਆਏ ਮੈਂ ਕਈ ਵਾਰੀ ਸੋਚਦਾ ਕਿਤੇ ਅੱਜ ਇਹ ਰੂਲ ਲਾਗੂ ਹੋਇਆ ਹੁੰਦਾ ਪਈ ਗੁਰੂ ਘਰ ਦੇ ਵਿੱਚ ਵੀ ਕੋਈ ਵੇਲਾ ਰਹਿ ਕੇ ਪ੍ਰਸ਼ਾਦਾ ਨਹੀਂ ਛੱਕ ਸਕਦਾ ਤੇ ਮੈਂ ਆਨਾ ਸਾਰਿਆਂ ਤੋਂ ਵੱਧ ਔਖੀ ਮੇਰੇ ਵਰਗੇ ਪ੍ਰਚਾਰਕਾਂ ਰਾਗੀਆਂ ਤੇ ਕਵੀਸ਼ਰਾਂ ਵਾਸਤੇ ਬਣ ਜਾਣੀ ਸੀ ਜਿਹੜੇ ਵੇਲੇ ਹੀ ਪ੍ਰਸ਼ਾਦੀਆਂ ਛਕਣ ਵਾਲ ਨੇ ਉਹਨਾਂ ਲਈ ਔਖਾ ਬਣ ਜਾਣਾ ਸੀ ਪਰ ਇਹ ਧੰਨਵਾਦ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਕਰਨਾ ਚਾਹੀਦਾ ਜਿਨ੍ਹਾਂ ਨੇ ਉਸੇ ਵੇਲੇ ਹੀ ਹਜਰੋਂ ਸਾਹਿਬ ਜਾ ਕੇ ਅਰਜ਼ ਕੀਤੀ ਗਰੀਬ ਨਵਾਜ਼ ਮੇਰਾ ਇਹ ਜੀ ਕਰਦਾ ਹੈ ਰਜ਼ਾ ਆਪ ਜੀ ਦੀ ਹੈ ਪਰ ਮੇਰਾ ਇਹ ਜੀ ਕਰਦਾ ਪਈ ਇੱਕ ਸਦਾ ਵਰਤ ਲੰਗਰ ਇਸ ਤਰ੍ਹਾਂ ਦਾ ਚੱਲੇ ਜਿੱਥੇ ਜਿਹੜਾ ਵੀ ਆਇਆ ਗਿਆ ਸਾਧੂ ਹੈ ਉਹ ਲੰਗਰ ਛਕੇ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪ ਇਹ ਬਚਨ ਕੀਤਾ ਠਾਕੁਰ ਜੀ ਮੈਨੂੰ ਜੋ ਹੁਕਮ ਮੇਰੇ ਸਤਿਗੁਰੂ ਦਾ ਸੀ ਮੈਂ ਉਸ ਹੁਕਮ ਦੀ ਪਾਲਣਾ ਕਰ ਰਿਹਾ ਹਾਂ ਉਸ ਹੁਕਮ ਨੂੰ ਦ੍ਰਿੜ ਕਰਦਾ ਹਾਂ ਪਿਆ ਤੁਸੀਂ ਮਾਲਕ ਹੋ ਪਰਿਪੂਰਨ ਅਵਤਾਰ ਹੋ ਤੁਹਾਨੂੰ ਜਿਸ ਤਰ੍ਹਾਂ ਚੰਗਾ ਲੱਗੇ ਤੁਸੀਂ ਉਸ ਤਰ੍ਹਾਂ ਕਰ ਸਕਦੇ ਹੋ ਸਾਡਾ ਇਤਿਹਾਸ ਇਹ ਵੀ ਲਿਖਦਾ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫੇਰ ਆ ਕੇ ਸਦਾ ਵਰਤ ਲੰਗਰ ਜਿਹੜਾ ਅਸੀਂ ਇੱਥੇ ਸ਼ੁਰੂ ਕੀਤਾ ਜਿਹਦੇ ਵਿੱਚ ਇਸ ਗੱਲ ਦੀ ਬੰਦਸ਼ ਨਹੀਂ ਸੀ ਵੀ ਪਹਿਲਾਂ ਕੀਰਤ ਕਰੋਗੇ ਤੇ ਪ੍ਰਸ਼ਾਦਾ ਮਿਲੇਗਾ ਇੱਥੇ ਜਿਹੜਾ ਵੀ ਆਵੇ ਕੋਈ ਵੀ ਵੇਲੇ ਤੋਂ ਵੇਲਾ ਵੀ ਆ ਕੇ ਇੱਥੇ ਪ੍ਰਸ਼ਾਦਾ ਖਾ ਸਕਦਾ ਹੈ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਜੀਵਨ ਵਿੱਚ ਕੀਰਤ ਨੂੰ ਦ੍ਰਿੜ ਕਰਵਾਇਆ ਆਪਣੇ ਸਿੱਖਾ ਰਾਹੀ ਔਰ ਇਹ ਹੁਕਮ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪ੍ਰਤੀ ਉਹਨਾਂ ਨੇ ਕੀਤਾ ਸੀ ਭੀਠਾਕਰ ਜੀ ਇਹ ਚੇਤਾ ਰੱਖਿਓ ਕੀਰਤ ਜ਼ਰੂਰ ਕਰਨੀ ਹੈ ਕੀਰਤ ਕਰਕੇ ਹੀ ਆਪਣੇ ਜੀਵਨ ਦਾ ਆਪਣੇ ਪਰਿਵਾਰ ਦਾ ਨਿਰਵਾਹ ਕਰਨਾ ਹੈ ਪੂਜਾ ਦਾ ਧਾਨ ਕਦੇ ਨਹੀਂ ਖਾਣਾ ਇੱਕ ਤਾਂ ਕੀਰਤ ਨੂੰ ਉਹਨਾਂ ਨੇ ਵਧਾਇਆ ਨਾਮ ਜਪਣ ਵਾਲ ਉਹਨਾਂ ਨੇ ਪ੍ਰੇਰਿਆ ਗੁਰਬਾਣੀ ਦੇ ਨਾਲ ਉਸ ਵਕਤ ਆਪਣੇ ਆ ਸਿੱਖਾਂ ਨੂੰ ਜੋੜਿਆ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਜੀਵਨ ਦੀਆਂ ਬਹੁਤ ਸਾਰੀਆਂ ਗਾਥਾਵਾਂ ਸਾਖੀਆਂ ਉਹਨਾਂ ਦੇ ਕੌਤਕ ਬਹੁਤ ਸਾਰੇ ਨੇ ਉਹ ਤੁਸੀਂ ਆਉਣ ਵਾਲੇ ਅੱਜ ਦੇ ਜੋ ਸਮਾਗਮ ਦੀਵਾਨ ਹੋਣਗੇ ਉਹਨਾਂ ਵਿੱਚ ਸ਼੍ਰਵਣ ਕਰੋਗੇ ਮੈਂ ਇਤਨੇ ਸ਼ਬਦ ਕਹਿ ਕੇ ਕੀ ਮੰਗਣਾ ਸਭ ਇੱਕ ਵਾਰੀ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਧੰਨਵਾਦ ਸਤਿ ਸ੍ਰੀ ਅਕਾਲ